ਇੱਕ ਪੁਰਾਣੀ ਅਕਾਲੀ ਪਾਰਟੀ ਹੁੰਦੀ ਸੀ ਜੀ, ਉਹ ਜਦੋਂ ਵੀ ਮੋਰਚੇ ਲਾਉਂਦੀ ਸੀ ਜਿਹੜਾ ਕੰਮ ਕਰਦੀ ਸੀ ਉਹ ਕੰਮ ਕਰਕੇ ਹਟਦੀ ਸੀ। ਇੱਕ ਲੱਖਾ ਸਦਾਣਾ ਆ, ਉਹ ਪੰਜਾਬੀ ਬੋਲੀ ਤੋਂ ਚੱਲਿਆ ਆ, ਬੋਰਡਾਂ ਤੋਂ ਚੱਲਿਆ ਆ, ਉਹ ਪਾਣੀ ਦੇ ਮੋਰਚਿਆਂ 'ਤੇ ਵੀ ਗਿਆ ਆ, ਉਹ ਬਰਗਾੜੀ ਮੋਰਚੇ ਵੀ ਗਿਆ ਆ। ਆਉਣ ਵਾਲੇ ਸਮੇਂ 'ਚ ਕਿਤੇ ਇਹ ਹੋ ਸਕਦਾ ਕਿ ਕੋਈ ਜ਼ਮੀਨੀ ਕੰਮ ਸਾਨੂੰ ਇਸ ਲੀਡਰ 'ਚ ਲੱਭ ਸਕਦਾ? ਦੇਖੋ ਜੀ, ਮੈਂ ਜਿੰਨੇ ਕੁ ਮੈਂ ਕੰਮ ਕਰਦਾ ਮੈਂ ਜ਼ਮੀਨੀ ਹੀ ਕਰਦਾ। ਤੁਸੀਂ ਸ਼ੁਰੂ ਗੱਲ ਕੀਤੀ ਪੰਜਾਬੀ ਮਾਂ ਬੋਲੀ ਤੋਂ ਲੈ ਕੇ, ਤਾਂ ਪੰਜਾਬੀ ਮਾਂ ਬੋਲੀ ਲਈ ਮੇਰੇ 'ਤੇ 16 ਮੁਕੱਦਮੇ ਦਰਜ ਹੋਏ ਆ ਜੀ, ਅਤੇ 4 ਵਾਰੀ ਮੈਂ ਜੇਲ੍ਹ ਜਾ ਚੁੱਕਿਆ ਉਸੇ ਮੁਕੱਦਮੇ ਜੀ ਜੀ। ਠੀਕ ਆ, ਬੋਰਡਾਂ ਦੇ ਰੰਗ ਵੀ ਮਾਰੇ, ਸਕੂਲਾਂ ਜਾ ਕੇ ਵੀ ਘਿਰਾਓ ਕਰਦੇ ਹਾਂ, ਅਸੀਂ ਜਾ ਕੇ ਭਾਸ਼ਾ ਵਿਭਾਗ ਨੂੰ ਵੀ ਘੇਰਦੇ ਹਾਂ ਜੀ। ਹੁਣ ਸਾਡਾ ਅਗਲਾ 21 ਜਿਹੜਾ ਤਰੀਕ ਨੂੰ ਪ੍ਰੋਗਰਾਮ ਹੈਗਾ 21 ਫਰਵਰੀ ਨੂੰ ਜੀ, ਬਿਜਲੀ ਬੋਰਡ ਦੇ ਦਫ਼ਤਰ ਦਾ ਘਿਰਾਓ ਜੀ, ਅਤੇ ਜਿਹੜਾ ਸਿਵਲ ਸਰਵਿਸ ਉਹਦਾ ਘਿਰਾਓ, ਕਿਉਂਕਿ ਸਾਰੇ ਜਿਹੜੇ ਪੇਪਰ ਲੈ ਰਹੇ ਨੇ ਅੰਗਰੇਜ਼ੀ 'ਚ ਲੈ ਰਹੇ ਨੇ, ਬਿਜਲੀ ਬੋਰਡ ਦੇ ਜਿਹੜੇ ਬਿੱਲ ਆ ਉਹ ਵੀ ਅੰਗਰੇਜ਼ੀ 'ਚ ਆ ਰਹੇ ਨੇ। ਸੋ ਅਸੀਂ ਕੋਈ ਵੀ ਕੰਮ ਹਵਾ 'ਚ ਨਹੀਂ ਤਲਵਾਰਾਂ ਮਾਰੀਆਂ, ਵੀ ਇਕੱਲੇ ਚੈਨਲਾਂ 'ਤੇ ਬੋਲ ਕੇ ਛੱਡ ਦਿੰਦੇ ਹਾਂ। ਇਹ ਪੰਜਾਬੀ 'ਚ ਹੋਏ ਅੱਜ ਤੱਕ ਮਸਲੇ ਹੱਲ ਹੋਏ ਆ ਕਿ? ਬਿਲਕੁਲ ਬਿਲਕੁਲ, ਤੁਹਾਨੂੰ ਮੈਂ ਦੱਸਦਾ ਨਾ ਕਿੱਥੇ ਜੀ। ਤੁਸੀਂ ਜੇ ਅਸੀਂ ਰੰਗ ਮਾਰਿਆ ਜੀ ਤਾਂ ਬਠਿੰਡੇ ਤੋਂ ਲੈ ਕੇ ਅੰਮ੍ਰਿਤਸਰ ਦੇ ਹਾਈਵੇ ਦੇ ਉੱਤੇ ਸਾਰੇ ਦੇ ਪੰਜਾਬੀ ਲਿਖੀ ਗਈ ਬੋਰਡਾਂ ਦੇ ਉੱਤੇ, ਜਿਸ ਤਰ੍ਹਾਂ ਪੰਜਾਬੀ ਬੋਲੀ ਆ ਵੇਖੋ ਕਚਹਿਰੀਆਂ 'ਚ ਵੀ ਜਾਂ ਦੂਜੇ ਥਾਵਾਂ 'ਚ ਵੀ, ਜੇ ਦਫ਼ਤਰਾਂ ਵਿੱਚ ਵੇਖਿਆ ਆ, ਇਹ ਜੇ ਪੰਜਾਬੀ ਬੋਲੀ ਉੱਥੋਂ ਤੱਕ ਹੋਊਗੀ ਨਾ? ਹਰ ਦੇਖੋ, ਸੋ ਮੈਂ ਕਿਹਾ ਦੱਸ ਦਿੰਦਾ, ਸਾਡੇ ਨਾਲ ਇੱਕ ਨਹੀਂ ਮੈਂ ਇਕੱਲਾ ਨਹੀਂ ਹੈਗਾ, ਇੱਕ ਟੀਮ ਜੁੜੀ ਹੋਈ ਹੈ, ਮਿੱਤਰ ਸੈਨ ਮੀਤ ਜੀ ਨੇ ਲੁਧਿਆਣੇ ਤੋਂ ਜੀ, ਅਰੋੜਾ ਸਾਹਿਬ ਨੇ, ਹੋਰ ਸੇਖੋਂ ਸਾਹਿਬ ਆ, ਗਰਿਆਲ ਸਾਹਿਬ, ਬੜਾ ਇੱਕ ਟੀਮ ਹੈ ਪੰਜਾਬੀ ਪਸਾਰ ਭਾਈਚਾਰਾ ਜੀ, ਜਿਹਦਾ ਨਾਂ ਹੈ। ਕੋਈ ਕਾਨੂੰਨੀ ਲੜਾਈ ਲੜ ਰਿਹਾ, ਅਦਾਲਤ ਦੇ ਰਾਹੀਂ ਲੜਾਈ ਲੜੀ ਜਾ ਰਹੀ ਆ ਜੀ। ਲੱਖਾ ਜੀ, ਇਸ ਵੇਲੇ ਸੋਸ਼ਲ ਮੀਡੀਆ 'ਤੇ ਤੁਹਾਨੂੰ ਬਹੁਤ ਜ਼ਿਆਦਾ ਦੁਨੀਆ 'ਚ ਆਉਂਦੀ ਆ, ਬਹੁਤ ਤੁਸੀਂ, ਤੁਹਾਡਾ ਸਤਿਕਾਰ ਕਰੀਏ, ਤੁਹਾਡੇ ਨਾਲ ਹੈਗੀ ਆ। ਭਾਰਤ ਇੱਕ ਲੋਕਤੰਤਰ ਦੇਸ਼ ਆ, ਔਰ ਲੋਕਤੰਤਰ ਵਿੱਚ ਕੀ ਆਉਣ ਵਾਲੇ ਸਮੇਂ 'ਚ ਆ ਸਕਦੇ ਹਾਂ? 22 ਆ ਰਹੀ ਆ, ਕਿਤੇ ਵਿਧਾਨ ਸਭਾ ਜਾਂ ਸੰਸਦ ਦੇ ਵਿੱਚ ਕਿਤੇ ਕੋਈ ਇਹੋ ਜਿਹਾ ਪ੍ਰੋਗਰਾਮ ਹੈਗਾ ਕਿ ਲੱਖਾ ਆਊਗਾ ਜ਼ਿੰਦਗੀ 'ਚ? ਨਹੀਂ, ਹਲੇ ਫਿਲਹਾਲ ਮੇਰਾ ਕੋਈ ਇਰਾਦਾ ਨਹੀਂ। ਕਾਰਨ ਕੀ ਆ, ਇਰਾਦਾ ਕਿਉਂ ਨਹੀਂ ਜੀ? ਮੈਂ ਜ਼ੋਰ 'ਤੇ ਲੱਗਿਆ ਹੋਇਆ, ਮੇਰੀ ਖਹਿਰਾ ਸਾਹਿਬ ਨਾਲ ਵੀ ਗੱਲ ਹੋਈ ਹੈ ਜੀ, ਮੇਰੀ ਡਾਕਟਰ ਗਾਂਧੀ ਜੀ ਨਾਲ ਗੱਲ ਹੋਈ ਹੈ ਜੀ, ਭਗਵੰਤ ਮਾਨ ਨਾਲ ਗੱਲ ਹੋਈ ਹੈ ਜੀ, ਵੈਂਸ ਸਾਹਿਬ ਨਾਲ ਵੀ ਇਸ ਮਸਲੇ 'ਤੇ ਮੈਂ ਗੱਲ ਕਰਨ ਜਾ ਰਿਹਾ ਜੀ। ਤਾਂ ਮੈਂ ਚਾਹੁੰਦਾ ਇਹ ਬੰਦੇ ਇਕੱਠੇ ਹੋ ਜਾਣ, ਨਵਜੋਤ ਸਿੰਘ ਸਿੱਧੂ ਹੈ ਉਹ ਆ ਜੇ, ਸਾਰੇ ਇਕੱਠੇ ਹੋ ਜਾਣ ਤਾਂ ਪੰਜਾਬ ਨੇ ਬਚ ਜਾਣਾ, ਅਤੇ ਫਿਰ ਸਾਡੇ ਵਰਗੇ ਵੀ ਨਾਲ ਚੱਲ ਪੈਣੇ। ਸਾਨੂੰ ਇਹ ਨਹੀਂ ਹੈ ਕਿ ਅਸੀਂ ਅੱਗੇ ਹੀ ਲੱਗਣਾ, ਅੱਜ ਤਾਂ ਕਹਿੰਦੇ ਅਸੀਂ ਤੁਹਾਡੇ ਪਛਾਣ ਲੱਗ ਕੇ ਚੱਲਣ ਨੂੰ ਤਿਆਰ ਹਾਂ, ਸਾਨੂੰ ਜੋ ਤੁਸੀਂ ਸੰਭਾਓਗੇ ਕਿਸੇ ਪ੍ਰਕਾਰ ਦੀ ਡਿਊਟੀ ਅਸੀਂ ਉਹ ਸਾਂਭਣ ਨੂੰ ਤਿਆਰ ਹਾਂ, ਪਰ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਹੁਣ ਜੇ ਤਾਂ ਅਸੀਂ ਗੱਲਾਂ ਕਰਦੇ ਹਾਂ ਨਾ ਵੱਡੀਆਂ ਵੱਡੀਆਂ, ਮੇਰੇ ਖੜ ਕੇ ਸਟੇਜਾਂ 'ਤੇ ਕਰਦਾ ਕਿ ਮੈਂ ਪੰਜਾਬ ਬਚਾਉਣ ਲਈ ਆਹ ਕਰੂੰਗਾ, ਮੈਂ ਉਹ ਕਰੂੰਗਾ, ਅਤੇ ਪਰ ਸਾਨੂੰ ਹੁਣ ਇੱਥੇ ਪੰਜਾਬ ਬਚਾਉਣ ਲਈ ਇੱਕ ਹੋ ਜਾਣ ਦੀ ਲੋੜ ਆ। ਆਪਦੀਆਂ ਚੌਧਰਾਂ ਛੱਡ ਦਿਓ ਜੀ, ਸਾਨੂੰ ਇਹ ਲੱਗਦਾ ਕਿ ਸਾਡੀ ਸਾਨੂੰ ਸਾਡੀ ਅਹਿਮੀਅਤ ਨਹੀਂ। ਦੇਖੋ, ਜੇ ਤੁਸੀਂ ਕੰਮ ਕਰੋਗੇ ਨਾ ਜੀ, ਤਾਂ ਕੰਮ ਕਰਨ ਦੇ ਨਾਲ ਬੰਦਾ ਚਮਕਦਾ ਹੁੰਦਾ, ਉਹਨੂੰ ਦੁਨੀਆ ਵੀ ਜਾਣਦੀ ਹੁੰਦੀ ਆ। ਹੁਣ ਜੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਜੀ, ਜ਼ੋਰ ਤਾਂ ਉਹਦੇ ਬਾਦਲਾਂ ਨੇ ਬਥੇਰਾ ਲਾਇਆ ਜੀ, ਕੈਪਟਨਾਂ ਨੇ ਬਥੇਰਾ ਲਾਇਆ ਵੀ ਸਾਨੂੰ ਜਾਵੇ ਕ੍ਰੈਡਿਟ, ਸਾਨੂੰ ਸਿਹਰਾ ਜਾਵੇ ਜੀ, ਪਰ ਲੋਕ ਜਾਣਦੇ ਸੀ ਕਿ ਇਹਦਾ ਇਰਾਦਾ ਖੁੱਲ੍ਹਣ ਦਾ ਕਾਰਨ ਬਣਿਆ ਨਵਜੋਤ ਸਿੰਘ ਸਿੱਧੂ ਜੀ। ਤਾਂ ਕੰਮ ਕਰਨ ਵਾਲਾ ਬੈਠਾ ਵੀ ਦਿਖ ਜਾਂਦਾ ਹੁੰਦਾ, ਅਤੇ ਨਾ ਕਰਨ ਵਾਲਾ ਖੜ੍ਹਾ ਹੋ ਕੇ ਮੇਰਾ ਗੱਲ ਲਲਕਾਰੇ ਮਾਰੀ ਜਾਵੇ ਤਾਂ ਉੱਥੇ ਵੀ ਨਹੀਂ ਦਿਖਦਾ ਹੁੰਦਾ। ਤੁਸੀਂ ਇੱਕ ਕੁਐਸਚਨ ਵਧਾਤਾ ਕਿ ਨਵਜੋਤ ਸਿੰਘ ਸਿੱਧੂ ਨਾਂ ਲਿਆ, ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਲੋਕ ਪਸੰਦ ਕਰਦੇ, ਤੁਹਾਨੂੰ ਵੀ ਬਹੁਤ ਪਸੰਦ ਕਰਦੇ, ਕਦੀ ਹੋ ਸਕਦਾ ਤੁਹਾਡਾ ਉਹਦੇ ਨਾਲ ਕੋਈ ਤਾਲਮੇਲ ਹੋ ਕੇ ਕੋਈ ਨਵਾਂ ਪ੍ਰੋਗਰਾਮ ਲਿਖ ਸਕਦੇ? ਮੈਂ ਲੱਗਿਆ ਹੋਇਆ, ਮੈਂ ਯਤਨਸ਼ੀਲ ਹਾਂ, ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਹਰ ਬੰਦੇ ਕੋਲ ਜਾਣ ਦੀ ਕੋਸ਼ਿਸ਼ ਕਰ ਰਿਹਾ, ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਨੂੰ ਇਹ ਹੈ ਕਿ ਸਮਾਂ ਰਹਿੰਦੇ ਪਹਿਲਾਂ ਇਕੱਠਾ ਹੋ ਜਾਓ, ਇਹ ਨਾ ਹੋਵੇ 6 ਮਹੀਨੇ ਇਕੱਠੇ ਹੋਏ ਤਾਂ ਲੋਕਾਂ ਦਾ ਦਿਮਾਗ ਉਦੋਂ ਸੈੱਟ ਹੋਇਆ ਹੁੰਦਾ ਵੀ ਅਸੀਂ ਇਹਦੇ ਨਾਲ ਤੁਰ ਪਏ ਕਾਲਿੰਗਾਂ ਦਾ, ਅਸੀਂ ਕਾਂਗਰਸਾਂ ਦਾ। ਹੁਣ ਹੀ ਤੁਸੀਂ ਇੱਕ ਇਕੱਠੇ ਹੋ ਕੇ ਲੋਕਾਂ ਨੂੰ ਇੱਕ ਪ੍ਰੋਗਰਾਮ ਦਿਓ ਵੀ ਅਸੀਂ ਆ ਭਾਈ 5-7-10 ਬੰਦੇ ਇਕੱਠੇ ਹੋ ਕੇ ਇੱਕੋ ਹੀ ਝੰਡਾ, ਇੱਕੋ ਹੀ ਸੰਵਿਧਾਨ, ਇੱਕੋ ਹੀ ਵਿਧਾਨ, ਸਾਰਾ ਕੁਝ ਛੱਡ ਕੇ ਦੂਜੀਆਂ ਤੀਜੀਆਂ ਪਾਰਟੀਆਂ ਜੋ ਵੀ ਹੈਗੀਆਂ, ਅਤੇ ਸੌਹਾਂ ਖਾ ਕੇ ਮੈਂ ਕਹਿੰਦਾ ਇੱਥੇ ਦਰਬਾਰ ਸਾਹਿਬ ਆਉਣ,
ਸਵਾਂ ਖਾ ਕੇ ਚੱਲਣ ਵੀ ਅਸੀਂ ਇੱਕ ਦੂਜੇ ਨਾਲ ਲੱਤਾਂ ਨਹੀਂ ਭਾਈ ਖਿੱਚਾਂਗੇ ਅਤੇ ਅਸੀਂ ਪੰਜਾਬ ਨੂੰ ਬਚਾਉਣ ਲਈ ਆ ਚੱਲਾਂਗੇ। ਇੱਕ ਬੰਦਾ ਜਿਹੜਾ ਮੈਂ ਸਮਝਦਾ, ਮੈਂ ਜੋ ਮੈਨੂੰ ਲੱਗਦਾ ਕਿ ਭਾਈ ਨਵਜੋਤ ਸਿੰਘ ਸਿੱਧੂ ਵਰਗੇ ਨੂੰ ਅੱਗੇ ਲਾਇਆ ਜਾ ਸਕਦਾ, ਇੱਕ ਛਵੀ ਉਹਨਾਂ ਦੀ ਇਮਾਨਦਾਰੀ ਵਾਲੀ ਹੈਗੀ ਹੈ, ਚੰਗੇ ਬੁਲਾਰੇ ਹੈਗੇ ਨੇ, ਚੰਗੀ ਸਮਝ ਰੱਖਦੇ ਨੇ, ਤਾਂ ਉਹ ਜਿਹੇ ਇਨਸਾਨ ਨੂੰ ਅੱਗੇ ਲਾ ਕੇ ਦੂਜੇ ਸਾਰੇ ਨਾਲ ਚੱਲਣ ਭਾਈ ਪੰਜਾਬ ਤਾਂ ਬਸ। ਧੰਨਵਾਦ ਜੀ। ਸੋ ਤੁਸੀਂ ਵੇਖਿਆ ਲੱਖਾ ਸਦਾਣਾ ਜਿਹਨੂੰ ਸਾਰਾ ਪੰਜਾਬ ਬਹੁਤ ਦਿਲੋਂ ਪਿਆਰ ਕਰਦਾ ਆ, ਉਹਦੇ ਕਹਿਣ ਤੋਂ ਭਾਵ ਆ ਕਿ ਅਗਰ ਨਵਜੋਤ ਸਿੰਘ ਸਿੱਧੂ ਵਰਗਾ ਬੰਦਾ ਅੱਗੇ ਆਊਗਾ ਤਾਂ ਸਾਰੇ ਪੰਜਾਬ ਦੀ ਬਾਗਡੋਰ ਉਹਦੇ ਹੱਥ ਹੋਊਗੀ ਅਤੇ ਅਸੀਂ ਉਹਦੇ ਨਾਲ ਹਾਂ ਔਰ ਇਹ ਪੰਜਾਬ ਦੀ ਬਾਗਡੋਰ ਨੂੰ ਬਚਾ ਸਕਾਂਗੇ। ਧੰਨਵਾਦ ਜੀ।